ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ PSPCL ਯੂਟਿਊਬ ਚੈਨਲ 'ਤੇ। ਦੋਸਤੋ, ਇਸ ਵੀਡੀਓ ਦੇ ਵਿੱਚ ਆਪਾਂ ਵਰਕ ਅਕਾਊਂਟਸ ਦਾ ਅਗਲਾ ਟੌਪਿਕ ਸ਼ੁਰੂ ਕਰਨ ਲੱਗੇ ਹਾਂ। ਵਰਕ ਅਕਾਊਂਟਸ ਦਾ ਮੇਨ ਚੈਪਟਰ ਹੈ ਸੈਫਾ, ਕੈਪੀਟਲ ਐਕਸਪੈਂਡੀਚਰ ਐਂਡ ਫਿਕਸਡ ਐਸੈਟਸ। सब तो पहला इस चैप्टर दे विच आंदियां हन डेफिनेशनस। एडिशन तो की भाव है? एडिशन दा मतलब हुंदा है वाधा। वाधे तो भाव किसे संपत्ति दी खरीद करनी या उसदे आकार विच वाधा करना। इस वाधे ते कीता होया खर्चा संपत्ति दी कीमत विच जोड़िया जांदा है, जिस दे नाल संपत्ति दी कीमत वध जांदी है। इंप्रूवमेंट, इंप्रूवमेंट तो भाव हुंदा है सुधार। किसी संपत्ति ते कोई अजिहा खर्चा करना जिस नाल संपत्ति दी कम करन दी समर्था विच वाधा हो जावे जां सुधार हो जावे तां अजिहे खर्चे नूं इंप्रूवमेंट कहा जांदा है। इह सारे खर्चे नूं संपत्ति दी कीमत विच जोड़िया जांदा है अते संपत्ति दी कीमत विच वाधा हो जांदा है। इस तों अगे रिप्लेसमेंट, रिप्लेसमेंट तों भाव हुंदा है बदलाव। ਜਦੋਂ ਕਿਸੇ ਸੰਪੱਤੀ ਦੇ ਪੁਰਾਣੇ ਹਿੱਸੇ ਜਾਂ ਪੁਰਜੇ ਨੂੰ ਬਦਲ ਕੇ ਉਸ ਦੀ ਜਗ੍ਹਾ 'ਤੇ ਨਵਾਂ ਹਿੱਸਾ ਲਗਾਇਆ ਜਾਂਦਾ ਹੈ ਤਾਂ ਇਸ ਨੂੰ ਰਿਪਲੇਸਮੈਂਟ ਕਿਹਾ ਜਾਂਦਾ ਹੈ। ਜੇਕਰ ਸੰਪੱਤੀ ਦਾ ਕੋਈ ਛੋਟਾ ਪੁਰਜਾ ਹਿੱਸਾ ਬਦਲਿਆ ਜਾਂਦਾ ਹੈ ਤਾਂ ਇਹ ਖਰਚਾ ਰੈਵੇਨਿਊ ਨੂੰ ਚਾਰਜ ਕੀਤਾ ਜਾਂਦਾ ਹੈ। ਇਸ ਨਾਲ ਸੰਪੱਤੀ ਦੀ ਕੀਮਤ ਨਹੀਂ ਵੱਧਦੀ, ਭਾਵ ਇਹ ਨੋਮੀਨਲ ਥੋੜ੍ਹਾ ਜਿਹਾ ਖਰਚਾ ਹੀ ਹੁੰਦਾ ਹੈ। ਜੇਕਰ ਸੰਪੱਤੀ ਦਾ ਕੋਈ ਵੱਡਾ ਹਿੱਸਾ ਬਦਲਿਆ ਜਾਂਦਾ ਹੈ ਤਾਂ ਉਸ ਬਦਲਾਅ 'ਤੇ ਆਏ ਖਰਚੇ ਨੂੰ ਸੰਪੱਤੀ ਦੀ ਕੀਮਤ ਵਿੱਚ ਜੋੜਿਆ ਜਾਂਦਾ ਹੈ ਅਤੇ ਸੰਪੱਤੀ ਦੀ ਕੀਮਤ ਵਿੱਚ ਵਾਧਾ ਹੋ ਜਾਂਦਾ ਹੈ। ਇਸ ਤੋਂ ਅੱਗੇ ਕਮਿਸ਼ਨਿੰਗ ਆਫ ਐਸੈਟਸ। ਇਸ ਤੋਂ ਭਾਵ ਹੈ ਸੰਪੱਤੀ ਨੂੰ ਚਾਲੂ ਕਰਨਾ। ਕਿਸੇ ਤਿਆਰ ਕੀਤੀ ਹੋਈ ਸੰਪੱਤੀ ਨੂੰ ਉਦੋਂ ਕਮਿਸ਼ਨਿੰਗ ਚਾਲੂ ਸਮਝਿਆ ਜਾਵੇਗਾ ਜਦੋਂ ਉਸਨੂੰ ਪਹਿਲੀ ਵਾਰ ਵਰਤਿਆ ਜਾਵੇਗਾ। ਇਸ ਸੰਪੱਤੀ 'ਤੇ ਕੀਤੇ ਗਏ ਖਰਚੇ ਨੂੰ ਪੂੰਜੀਗਤ ਕੀਤਾ ਜਾਵੇਗਾ, ਭਾਵ ਸੰਪੱਤੀ 'ਤੇ ਕੀਤੇ ਹੋਏ ਖਰਚੇ ਨੂੰ ਜਨਰਲ ਵਾਊਚਰ ਰਾਹੀਂ ਗਰੁੱਪ ਹੈੱਡ 14 ਵਿੱਚੋਂ ਕੱਢ ਕੇ ਗਰੁੱਪ ਹੈੱਡ 10 ਵਿੱਚ ਟ੍ਰਾਂਸਫਰ ਕੀਤਾ ਜਾਵੇਗਾ। ਇਸ ਤੋਂ ਅੱਗੇ ਹੈ ਐਸਕਲੇਸ਼ਨ। ਐਸਕਲੇਸ਼ਨ ਕਲੇਮ ਤੋਂ ਭਾਵ ਹੈ ਝਗੜੇ ਵਾਲੀ ਰਕਮ। ਇਹ ਉਹ ਰਕਮ ਹੁੰਦੀ ਹੈ ਜਿਸ ਦਾ ਠੇਕੇਦਾਰ ਦੁਆਰਾ ਕੀਤੇ ਹੋਏ ਕੰਮ ਦੀ ਰਕਮ ਦਾ ਕੋਈ ਝਗੜਾ ਹੁੰਦਾ ਹੈ। ਜਦੋਂ ਇਸ ਦਾ ਫੈਸਲਾ ਹੋ ਜਾਂਦਾ ਹੈ ਤਾਂ ਇਸ ਰਕਮ ਨੂੰ ਉਦੋਂ ਤੋਂ ਸੰਪੱਤੀ ਦੀ ਕੀਮਤ ਵਿੱਚ ਸ਼ਾਮਲ ਸਮਝਿਆ ਜਾਂਦਾ ਹੈ ਜਦੋਂ ਤੋਂ ਸੰਪੱਤੀ ਨੂੰ ਪਹਿਲੀ ਵਾਰ ਵਰਤੋਂ ਵਿੱਚ ਲਿਆਂਦਾ ਗਿਆ ਹੋਵੇ। ਡੈਪਰੀਸੀਏਸ਼ਨ, ਮਸ਼ੀਨਾਂ ਅਤੇ ਸੰਪੱਤੀਆਂ ਦੀ ਵਰਤੋਂ ਕਰਨ ਕਾਰਨ ਉਹਨਾਂ ਦੇ ਘਸਣ ਨਾਲ, ਵਰਤੋਂ ਨਾਲ ਜਾਂ ਪੁਰਾਣੇ ਹੋਣ ਨਾਲ ਉਸ ਦੀ ਕੰਮ ਕਰਨ ਦੀ ਸਮਰੱਥਾ ਵਿੱਚ ਕਮੀ ਆਉਂਦੀ ਹੈ ਜਿਸ ਨਾਲ ਉਸ ਦੀ ਕੀਮਤ ਘੱਟਦੀ ਜਾਂਦੀ ਹੈ। ਇਸ ਤਰ੍ਹਾਂ ਕੀਮਤ ਦੇ ਘਟਣ ਨੂੰ ਡੈਪਰੀਸੀਏਸ਼ਨ ਯਾਨੀ ਘਸਾਈ ਕਿਹਾ ਜਾਂਦਾ ਹੈ। ਆਮ ਤੌਰ 'ਤੇ ਸੰਪੱਤੀ ਦੀ ਕੁੱਲ ਕੀਮਤ ਦੀ 10% ਤੱਕ ਰਿਜ਼ਰਵ ਪ੍ਰਾਈਜ਼ ਰੱਖੀ ਜਾਂਦੀ ਹੈ। ਇਸ ਤੋਂ ਅੱਗੇ ਕੰਟੀਜੈਂਟ ਐਕਸਪੈਂਸਿਸ ਜਾਂ ਮਿਸਲੇਨੀਅਸ ਐਕਸਪੈਂਸਿਸ। ਇਸ ਤੋਂ ਭਾਵ ਹੈ ਫੁਟਕਲ ਖਰਚੇ। ਇਹ ਉਹ ਖਰਚੇ ਹੁੰਦੇ ਹਨ ਜਿਹੜੇ ਅਚਨਚੇਤ ਕੀਤੇ ਜਾਂਦੇ ਹਨ ਜਦੋਂ ਉਹ ਕਿਸੇ ਕੰਮ ਨਾਲ ਸੰਬੰਧਿਤ ਹੋਣ, ਪਰੰਤੂ ਉਹਨਾਂ ਨੂੰ ਸਿੱਧੇ ਤੌਰ 'ਤੇ ਉਸ ਕੰਮ ਦੇ ਗਰੁੱਪ ਹੈੱਡ ਵਿੱਚ ਨਹੀਂ ਪਾਇਆ ਜਾ ਸਕਦਾ, ਸਗੋਂ ਵੱਖਰੇ ਤੌਰ 'ਤੇ ਦਰਸਾਇਆ ਜਾਂਦਾ ਹੈ। ਐਸੈਟ, ਐਸੈਟ ਤੋਂ ਭਾਵ ਹੁੰਦਾ ਹੈ ਸੰਪੱਤੀ। ਸੰਪੱਤੀ ਵਿੱਚ ਸਾਰੀਆਂ ਸੰਪੱਤੀਆਂ ਜਿਵੇਂ ਕਿ ਜ਼ਮੀਨ, ਬਿਲਡਿੰਗ, ਮਸ਼ੀਨਰੀ, ਨਕਦੀ, ਬੈਂਕ ਵਿੱਚ ਜਮ੍ਹਾਂ ਰਕਮ ਸ਼ਾਮਲ ਹੁੰਦੀਆਂ ਹਨ। ਇਸ ਤੋਂ ਇਲਾਵਾ ਇਸ ਵਿੱਚ ਐਡਵਾਂਸ ਕੀਤੇ ਹੋਏ ਖਰਚੇ, ਪੂਰਵ ਅਨੁਮਾਨਿਤ ਆਮਦਨ ਜੋ ਫਾਈਨਲ ਅਕਾਊਂਟ ਬਣਾਉਣ ਤੱਕ ਪ੍ਰਾਪਤ ਨਹੀਂ ਹੋਈ ਹੋਵੇ ਉਸਨੂੰ ਵੀ ਸੰਪੱਤੀ ਹੀ ਸਮਝਿਆ ਜਾਂਦਾ ਹੈ। ਅੱਗੇ ਕੰਟਰੈਕਟ ਅਤੇ ਕੰਟਰੈਕਟਰ। ਇਸ ਤੋਂ ਭਾਵ ਹੈ ਠੇਕੇਦਾਰ ਅਤੇ ਠੇਕਾ। ਠੇਕੇ ਤੋਂ ਭਾਵ ਹੈ ਕਿਸੇ ਕੰਮ ਨੂੰ ਕਰਨ ਲਈ ਕਿਸੇ ਵਿਅਕਤੀ, ਫਰਮ ਦੁਆਰਾ ਬੋਰਡ PSPCL ਨਾਲ ਲਿਖਤੀ ਰੂਪ ਵਿੱਚ ਇੱਕ ਸਮਝੌਤਾ ਕੀਤਾ ਜਾਂਦਾ ਹੈ। ਇਸ ਨੂੰ ਇਕਰਾਰਨਾਮਾ ਵੀ ਕਿਹਾ ਜਾਂਦਾ ਹੈ, ਜਿਸ ਵਿੱਚ ਉਸ ਕੰਮ ਨੂੰ ਕਰਨ ਦੀਆਂ ਸ਼ਰਤਾਂ, ਕੰਮ ਦਾ ਰੇਟ ਆਦਿ ਲਿਖੇ ਹੁੰਦੇ ਹਨ ਜੋ ਦੋਨਾਂ ਪਾਰਟੀਆਂ ਨੂੰ ਮੰਨਣ ਯੋਗ ਹੁੰਦੇ ਹਨ। ਠੇਕੇਦਾਰ ਉਹ ਵਿਅਕਤੀ ਹੁੰਦਾ ਹੈ ਜਾਂ ਫਰਮ ਹੁੰਦੀ ਹੈ ਜਿਸ ਨੇ ਬੋਰਡ PSPCL ਨਾਲ ਕਿਸੇ ਕੰਮ ਨੂੰ ਕਰਨ ਦਾ ਇਕਰਾਰਨਾਮਾ ਕੀਤਾ ਹੁੰਦਾ ਹੈ।
इस तो अगे आप देखते हाँ लाइबिलिटीज़। लाइबिलिटीज़ तो भाव है देनदारियाँ। देनदारियों विच ओ सारियां अदायगी योग रकमां जिन्हां दी अदायगी करनी हुंदी है शामिल हुंदियां हन। इस तो इलावा लाइबिलिटी विच ओ खर्चे जिन्हां दी अदायगी नहीं कीती परंतु अदायगी योग हो चुके हन उन्हां नूं भी देनदारियां कहा जांदा है। इस तो अगे सीधे या असिधे खर्चे डायरैक्ट इनडायरैक्ट एक्सपेंसिज। सीधे खर्चे ਉਹ ਹੁੰਦੇ ਹਨ ਜੋ ਕਿਸੇ ਕੰਮ ਜਾਂ ਪ੍ਰੋਜੈਕਟ ਦੀ ਉਸਾਰੀ ਲਈ ਸਿੱਧੇ ਤੌਰ ਤੇ ਖਰਚ ਕੀਤੇ ਜਾਂਦੇ ਹਨ, ਉਹਨਾਂ ਨੂੰ ਸਿੱਧੇ ਖਰਚੇ ਕਿਹਾ ਜਾਂਦਾ ਹੈ। ਇਹ ਸਾਰੇ ਖਰਚੇ ਉਸ ਕੰਮ ਨੂੰ ਬੁੱਕ ਕੀਤੇ ਜਾਂਦੇ ਹਨ। ਇਸ ਦੇ ਲਈ ਉਦਾਹਰਣ ਹੈ ਜਿਵੇਂ ਕਿਸੇ ਬਿਲਡਿੰਗ ਦੀ ਉਸਾਰੀ ਲਈ ਇੱਟਾਂ, ਸਮਿੰਟ, ਮਜ਼ਦੂਰੀ ਆਦਿ ਦਾ ਖਰਚਾ। ਅਸਿੱਧੇ ਖਰਚੇ ਉਹ ਖਰਚੇ ਹੁੰਦੇ ਹਨ ਜੋ ਉਸ ਕੰਮ ਨਾਲ ਤਾਂ ਸੰਬੰਧਿਤ ਹੁੰਦੇ ਹਨ ਪਰੰਤੂ ਉਸ ਕੰਮ ਲਈ ਸਿੱਧੇ ਤੌਰ 'ਤੇ ਖਰਚ ਨਹੀਂ ਕੀਤੇ ਜਾਂਦੇ। ਇਸ ਦੀਆਂ ਉਦਾਹਰਨਾਂ ਹਨ ਗੱਡੀਆਂ ਦੀ ਘਸਾਈ ਦਾ ਖਰਚਾ, ਲੋਨ ਉੱਤੇ ਦਿੱਤੇ ਗਏ ਵਿਆਜ ਦਾ ਖਰਚਾ ਆਦਿ। ਸਿੱਧੀ ਜਾਂ ਅਸਿੱਧੀ ਵਸੂਲੀ। ਸਿੱਧੀ ਵਸੂਲੀ ਆਮਦਨ ਦਾ ਉਹ ਭਾਗ ਹੁੰਦੀ ਹੈ ਜੋ ਸਿੱਧੇ ਤੌਰ 'ਤੇ ਆਮਦਨ ਦੇ ਰੂਪ ਵਿੱਚ ਪ੍ਰਾਪਤ ਹੁੰਦੀ ਹੈ। ਇਸ ਦੀ ਉਦਾਹਰਨ ਹੋਵੇਗੀ ਬਿਜਲੀ ਦੀ ਵਿਕਰੀ। ਅਸਿੱਧੀ ਵਸੂਲੀ ਤੋਂ ਭਾਵ ਉਹ ਆਮਦਨ ਹੁੰਦੀ ਹੈ ਜੋ ਕਿਸੇ ਕੰਮ ਜਾਂ ਪ੍ਰੋਜੈਕਟ ਨਾਲ ਤਾਂ ਸੰਬੰਧਿਤ ਹੁੰਦੀ ਹੈ ਪਰ ਉਸ ਆਮਦਨ ਨਾਲ ਉਸ ਕੰਮ ਦੀ ਆਮਦਨ ਨਹੀਂ ਮੰਨਿਆ ਜਾਂਦਾ, ਭਾਵ ਕਿ ਉਸਨੂੰ ਫੁਟਕਲ ਆਮਦਨ ਮੰਨਿਆ ਜਾਂਦਾ ਹੈ। ਠੇਕੇਦਾਰ ਤੋਂ ਕੰਮ ਵਿੱਚ ਕੀਤੀ ਹੋਈ ਲਾਪਰਵਾਹੀ ਕਾਰਨ ਜੁਰਮਾਨੇ ਦੀ ਰਕਮ ਦੀ ਵਸੂਲੀ। ਔਨ ਅਕਾਊਂਟ ਪੇਮੈਂਟ, ਇਸਦਾ ਮਤਲਬ ਹੈ ਚਾਲੂ ਖਾਤਾ ਅਦਾਇਗੀ। ਕਿਸੇ ਠੇਕੇਦਾਰ ਦੁਆਰਾ ਕੀਤੇ ਹੋਏ ਕੰਮ ਦੀ ਪੈਮਾਇਸ਼ 'ਤੇ ਜਾਂ ਸਪਲਾਈ ਕੀਤੇ ਹੋਏ ਸਮਾਨ ਦੀ ਪੈਮਾਇਸ਼ 'ਤੇ ਕੀਤੀ ਹੋਈ ਅਦਾਇਗੀ ਨੂੰ ਔਨ ਅਕਾਊਂਟ ਪੇਮੈਂਟ ਕਿਹਾ ਜਾਂਦਾ ਹੈ। ਇੰਟਰਮੀਡੀਏਟ ਪੇਮੈਂਟ, ਮੱਧਵਰਤੀ ਅਦਾਇਗੀ। ਕਿਸੇ ਠੇਕੇਦਾਰ ਦੀ ਅੰਤਿਮ ਅਦਾਇਗੀ ਤੋਂ ਪਹਿਲਾਂ ਕੀਤੀ ਜਾਣ ਵਾਲੀ ਅਦਾਇਗੀ ਨੂੰ ਮੱਧਵਰਤੀ ਅਦਾਇਗੀ ਕਿਹਾ ਜਾਂਦਾ ਹੈ। ਇਸਦਾ ਮਤਲਬ ਜਿਵੇਂ ਕਿਸੇ ਠੇਕੇਦਾਰ ਨੂੰ ਕੋਈ ਕੰਮ ਕਰਨ ਦਾ ਠੇਕਾ ਦਿੱਤਾ ਗਿਆ ਹੋਵੇ ਪਰੰਤੂ ਅੰਤਿਮ ਕੰਮ ਹੋ ਜਾਣ ਤੱਕ ਉਸਦੇ ਬਿੱਲਾਂ ਦੀ ਅਦਾਇਗੀ ਹੋਣ ਤੋਂ ਪਹਿਲਾਂ ਜੇਕਰ ਉਸ ਠੇਕੇਦਾਰ ਨੂੰ ਕੋਈ ਅਦਾਇਗੀ ਕੀਤੀ ਜਾਂਦੀ ਹੈ ਤਾਂ ਉਸਨੂੰ ਇੰਟਰਮੀਡੀਏਟ ਪੇਮੈਂਟ ਯਾਨੀ ਮੱਧਵਰਤੀ ਅਦਾਇਗੀ ਕਿਹਾ ਜਾਵੇਗਾ। ਉਸ ਤੋਂ ਅੱਗੇ ਆ ਵਰਕ ਐਕਸਪੈਂਡੀਚਰ ਅਤੇ ਵਰਕਸ ਆਊਟਲੇ। ਇਸ ਤੋਂ ਭਾਵ ਹੈ ਕੰਮ ਦਾ ਖਰਚਾ। ਜਦੋਂ ਕਿਸੇ ਉਸਾਰੀ ਦਾ ਕੰਮ ਕਰਾਇਆ ਜਾਂਦਾ ਹੈ ਤਾਂ ਉਸ ਉਸਾਰੀ 'ਤੇ ਕੀਤੇ ਹੋਏ ਕੁੱਲ ਖਰਚੇ ਨੂੰ ਕੰਮ ਦਾ ਖਰਚਾ ਕਿਹਾ ਜਾਂਦਾ ਹੈ। ਇਸ ਕੁੱਲ ਖਰਚ ਵਿੱਚੋਂ ਜਿਹੜੀ ਰਕਮ ਪੂੰਜੀਗਤ ਹੋਵੇਗੀ ਉਸਨੂੰ ਪੂੰਜੀਗਤ ਲਾਗਤ ਕਿਹਾ ਜਾਂਦਾ ਹੈ। ਇਸ਼ੂ ਰੇਟ ਤੋਂ ਭਾਵ ਹੈ ਮਾਲ ਜਾਰੀ ਕਰਨ ਦੀ ਦਰ। PSPCL ਦੇ ਸਟੋਰਾਂ ਵਿੱਚੋਂ ਪ੍ਰਤੀ ਇਕਾਈ ਕੀਮਤ 'ਤੇ ਮਾਲ ਜਾਰੀ ਕਰਨ ਦੀ ਦਰ ਨੂੰ ਇਸ਼ੂ ਰੇਟ ਕਿਹਾ ਜਾਂਦਾ ਹੈ। ਇਹ ਰੇਟ ਕੱਢਣ ਲਈ ਮਾਲ ਦੀ ਕੀਮਤ, ਕਿਰਾਇਆ ਭਾੜਾ, ਢੋਆ ਢੁਆਈ ਅਤੇ ਟੈਕਸ ਆਦਿ ਸ਼ਾਮਲ ਕੀਤੇ ਜਾਂਦੇ ਹਨ। ਸੋ ਇਸ ਤਰ੍ਹਾਂ ਪ੍ਰਾਪਤ ਹੋਈ ਕੁੱਲ ਰਕਮ ਨੂੰ ਮਾਲ ਦੀ ਕੁੱਲ ਮਾਤਰਾ ਨਾਲ ਵੰਡ ਕੇ ਜੋ ਦਰ ਆਉਂਦੀ ਹੈ ਉਸਨੂੰ ਇਸ਼ੂ ਰੇਟ ਕਿਹਾ ਜਾਂਦਾ ਹੈ। ਇਸ ਵਿੱਚ ਸਟੋਰ 'ਤੇ ਹੋਣ ਵਾਲੇ ਖਰਚੇ, ਸਟੋਰ ਕਰਮਚਾਰੀਆਂ ਦੀ ਤਨਖਾਹ, ਸਟੋਰ ਦਾ ਕਿਰਾਇਆ ਆਦਿ ਸ਼ਾਮਲ ਨਹੀਂ ਕੀਤੇ ਜਾਂਦੇ ਹਨ। ਇਸ ਦੇ ਉਲਟ ਮਾਰਕੀਟ ਰੇਟ ਉਹ ਦਰ ਹੁੰਦੀ ਹੈ ਜਿਸ 'ਤੇ ਕੋਈ ਵਸਤੂ ਨਿਸ਼ਚਿਤ ਰੇਟ 'ਤੇ ਮਾਰਕੀਟ 'ਚੋਂ ਖਰੀਦੀ ਜਾਂਦੀ ਹੈ। ਅੱਗੇ ਹੈ ਸਟੋਰੇਜ ਰੇਟ ਯਾਨੀ ਸਟੋਰੇਜ ਚਾਰਜਿਸ, ਗੋਦਾਮ ਦੇ ਖਰਚੇ। PSPCL ਦੇ ਸਟੋਰਾਂ ਵਿੱਚ ਸਮਾਨ ਦੀ ਸਾਂਭ ਸੰਭਾਲ ਲਈ ਕੀਤੇ ਜਾਣ ਵਾਲੇ ਖਰਚੇ ਜਿਵੇਂ ਕਿ ਸਟੋਰ ਦਾ ਕਿਰਾਇਆ, ਸਟੋਰ ਅਮਲੇ ਦੀ ਤਨਖਾਹ ਆਦਿ ਖਰਚਾ, ਇਸ ਤਰ੍ਹਾਂ ਕੀਤੇ ਹੋਏ ਕੁੱਲ ਖਰਚ ਗੋਦਾਮ ਖਰਚੇ ਅਧੀਨ ਆਉਂਦੇ ਹਨ। ਇਹ ਖਰਚੇ ਜਿਸ ਦਰ ਨਾਲ ਜਾਰੀ ਕੀਤੇ ਹੋਏ ਮਾਲ 'ਤੇ ਵਸੂਲੇ ਜਾਂਦੇ ਹਨ ਉਸ ਨੂੰ ਗੋਦਾਮ ਖਰਚੇ ਦੀ ਦਰ ਕਿਹਾ ਜਾਂਦਾ ਹੈ। ਉਸ ਤੋਂ ਅੱਗੇ ਪ੍ਰਬੰਧਕੀ ਮਨਜ਼ੂਰੀ, ਐਡਮਿਨਿਸਟ੍ਰੇਟਿਵ ਅਪਰੂਵਲ। ਸਮਰਥ ਅਧਿਕਾਰੀ ਦੁਆਰਾ ਬੋਰਡ PSPCL ਦੇ ਕਿਸੇ ਕੰਮ 'ਤੇ ਖਰਚ ਕਰਨ ਲਈ ਦਿੱਤੀ ਗਈ ਪ੍ਰਵਾਨਗੀ ਨੂੰ ਪ੍ਰਬੰਧਕੀ ਮਨਜ਼ੂਰੀ ਕਿਹਾ ਜਾਂਦਾ ਹੈ। ਤਕਨੀਕੀ ਮਨਜ਼ੂਰੀ ਯਾਨੀ ਟੈਕਨੀਕਲ ਸੈਂਕਸ਼ਨ।
ਸਮਰਥ ਅਧਿਕਾਰੀ ਦੁਆਰਾ ਕੋਈ ਕੰਮ ਕਰਨ ਦੀ ਡਿਟੇਲਡ ਐਸਟੀਮੇਟ ਦੇ ਆਧਾਰ ਤੇ ਕੀਤੀ ਹੋਈ ਮਨਜ਼ੂਰੀ ਨੂੰ ਤਕਨੀਕੀ ਮਨਜ਼ੂਰੀ ਕਿਹਾ ਜਾਂਦਾ ਹੈ। ਸਮਰਥ ਅਧਿਕਾਰੀ ਤੋਂ ਭਾਵ ਉਹ ਅਧਿਕਾਰੀ ਹੁੰਦਾ ਹੈ ਜੋ ਕੋਈ ਕੰਮ ਕਰਨ ਲਈ ਜਾਂ ਕੋਈ ਖਰਚਾ ਕਰਨ ਲਈ ਅਧਿਕਾਰਿਤ ਕੀਤਾ ਜਾਂਦਾ ਹੈ। ਉਹ ਅਧਿਕਾਰੀ ਉਸ ਕੰਮ ਲਈ ਸਮਰਥ ਅਧਿਕਾਰੀ ਹੋਵੇਗਾ। ਰੈਕਰਿੰਗ ਨੋਨ ਰੈਕਰਿੰਗ ਐਕਸਪੈਂਸਿਸ, ਰੈਕਰਿੰਗ ਐਕਸਪੈਂਡੀਚਰ ਤੋਂ ਭਾਵ ਹੈ ਸਥਾਈ ਖਰਚੇ, ਨੋਨ ਰੈਕਰਿੰਗ ਐਕਸਪੈਂਡੀਚਰ ਤੋਂ ਭਾਵ ਹੈ ਅਸਥਾਈ ਖਰਚੇ। ਸਥਾਈ ਖਰਚੇ ਉਹ ਖਰਚੇ ਹੁੰਦੇ ਹਨ ਜੋ ਹਰ ਸਾਲ ਲਗਾਤਾਰ ਕੀਤੇ ਜਾਂਦੇ ਹਨ, ਜਿਵੇਂ ਕਿ ਦਫ਼ਤਰ ਦਾ ਕਿਰਾਇਆ, ਬਿਜਲੀ, ਪਾਣੀ, ਟੈਲੀਫੋਨ ਆਦਿ ਦਾ ਬਿੱਲ ਦਾ ਖਰਚਾ। ਅਸਥਾਈ ਖਰਚੇ ਉਹ ਖਰਚੇ ਹੁੰਦੇ ਹਨ ਜੋ ਕਦੀ ਕਦਾਈ ਕੀਤੇ ਜਾਂਦੇ ਹਨ। ਸਪੈਸ਼ਲ ਮਨਜ਼ੂਰੀ ਲੈ ਕੇ ਇਹ ਖਰਚੇ ਕੀਤੇ ਜਾ ਸਕਦੇ ਹਨ। ਕੋਈ ਸਪੈਸ਼ਲ ਰਿਪੇਅਰ ਦਾ ਖਰਚਾ, ਮਸ਼ੀਨਰੀ, ਫਰਨੀਚਰ ਦੀ ਖਰੀਦ ਆਦਿ ਦਾ ਖਰਚਾ। ਉਸ ਤੋਂ ਅੱਗੇ ਸੁਪਰਵਿਜ਼ਨ ਚਾਰਜਿਸ, ਦੇਖਭਾਲ ਦੇ ਖਰਚੇ। ਇਹ ਉਹ ਖਰਚੇ ਹੁੰਦੇ ਹਨ ਜੋ ਸਮਾਨ ਜਾਰੀ ਕਰਨ ਅਤੇ ਹੋਰ ਖਰਚਿਆਂ ਤੋਂ ਇਲਾਵਾ ਅਲੱਗ ਤੌਰ 'ਤੇ ਚਾਰਜ ਕੀਤੇ ਜਾਂਦੇ ਹਨ। ਇਹ ਖਰਚੇ ਆਮ ਤੌਰ 'ਤੇ PSPCL ਦੁਆਰਾ 10% ਵਸੂਲੇ ਜਾਂਦੇ ਹਨ। ਇਹ ਖਰਚੇ ਜਦੋਂ ਮਾਲ ਕਿਸੇ ਬਾਹਰੀ ਵਿਅਕਤੀ ਨੂੰ ਵੇਚਿਆ ਜਾਂਦਾ ਹੈ ਤਦ ਮਾਲ ਦੀ ਕੀਮਤ 'ਤੇ 10% ਵਸੂਲੇ ਜਾਂਦੇ ਹਨ, ਪਰੰਤੂ ਇਹ ਖਰਚੇ ਬੋਰਡ PSPCL ਦੇ ਕੰਮਾਂ 'ਤੇ ਜਾਰੀ ਕੀਤੇ ਹੋਏ ਮਾਲ 'ਤੇ ਨਹੀਂ ਵਸੂਲੇ ਜਾਂਦੇ। ਉਸ ਤੋਂ ਅੱਗੇ ਕੀਮਤ ਦਰ ਜਾਂ ਸਮਲਿਤ ਕੀਮਤ ਦਰ, ਰੇਟ ਕੋਸਟ ਜਾਂ ਇਨਕਲੂਸਿਵ ਰੇਟ ਆਫ ਕੋਸਟ। ਕੀਮਤ ਦਰ ਸਮਾਨ ਦੀ ਇਕਾਈ ਦੀ ਉਹ ਦਰ ਹੁੰਦੀ ਹੈ ਜੋ ਕੁੱਲ ਸਮਾਨ ਦੀ ਕੀਮਤ ਨੂੰ ਸਮਾਨ ਦੀ ਮਾਤਰਾ ਨਾਲ ਵੰਡ ਕੇ ਪ੍ਰਾਪਤ ਹੁੰਦੀ ਹੈ। ਰੇਟ ਆਫ ਕੋਸਟ ਇਜ਼ ਇਕੁਅਲ ਟੂ ਟੋਟਲ ਕੋਸਟ ਡਿਵਾਈਡਿਡ ਬਾਈ ਨੰਬਰ ਆਫ ਆਈਟਮਸ। ਇਨਕਲੂਸਿਵ ਰੇਟ ਆਫ ਕੋਸਟ, ਜਦੋਂ ਕਿਸੇ ਕੰਮ ਦਾ ਲੇਖਾ ਅਲੱਗ ਅਲੱਗ ਸਬ ਹੈੱਡ ਅਧੀਨ ਤਿਆਰ ਕੀਤਾ ਜਾਂਦਾ ਹੈ ਤਾਂ ਉਸ ਮਾਲ ਕੰਮ ਦੀ ਕੀਮਤ ਨੂੰ ਜੋੜ ਕੇ ਜੋ ਪ੍ਰਤੀ ਇਕਾਈ ਦਰ ਕੱਢੀ ਜਾਂਦੀ ਹੈ ਉਸਨੂੰ ਸਮਲਿਤ ਕੀਮਤ ਦਰ ਕਿਹਾ ਜਾਂਦਾ ਹੈ। ਸੰਚਾਲਨ ਅਤੇ ਉਪਜ ਖਰਚੇ, ਓਪਰੇਸ਼ਨ ਆਊਟਡੋਰ ਐਕਸਪੈਂਡੀਚਰ। ਸੰਚਾਲਨ ਖਰਚੇ ਉਹ ਖਰਚੇ ਹੁੰਦੇ ਹਨ ਜੋ ਕਿਸੇ ਵਸਤੂ ਨੂੰ ਵਰਕਸ਼ਾਪ ਵਿੱਚ ਤਿਆਰ ਕਰਨ ਤੱਕ ਆਉਂਦੇ ਹਨ। ਵਰਕਸ਼ਾਪ ਤੋਂ ਬਾਹਰ ਜਿਵੇਂ ਕਿ ਵਸਤੂ ਦਾ ਰੰਗ ਰੋਗਨ, ਪੈਕਿੰਗ ਦਾ ਖਰਚਾ, ਭਾਵ ਵਸਤੂ ਨੂੰ ਵਿਕਣ ਤੱਕ ਜੋ ਖਰਚੇ ਕੀਤੇ ਜਾਂਦੇ ਹਨ ਉਹਨਾਂ ਨੂੰ ਆਊਟਡੋਰ ਖਰਚੇ ਕਿਹਾ ਜਾਂਦਾ ਹੈ। ਮੇਜਰ ਵਰਕਸ ਅਤੇ ਮਾਈਨਰ ਵਰਕਸ, ਉਹ ਕੰਮ ਜਿਨ੍ਹਾਂ ਦੀ ਕੀਮਤ ਦਾ ਐਸਟੀਮੇਟ 2 ਲੱਖ ਜਾਂ ਉਸ ਤੋਂ ਵੱਧ ਹੋਵੇ ਉਹਨਾਂ ਨੂੰ ਮੇਜਰ ਵਰਕਸ ਕਿਹਾ ਜਾਂਦਾ ਹੈ। ਇਹਨਾਂ ਵਰਕਸ ਦਾ ਰਿਕਾਰਡ IWR ਵਿੱਚ ਰੱਖਿਆ ਜਾਂਦਾ ਹੈ। ਇਸ ਦੇ ਉਲਟ ਉਹ ਕੰਮ ਜਿਨ੍ਹਾਂ ਦੀ ਕੀਮਤ 2 ਲੱਖ ਤੋਂ ਘੱਟ ਹੋਵੇ ਉਹਨਾਂ ਨੂੰ ਮਾਈਨਰ ਵਰਕਸ ਕਿਹਾ ਜਾਂਦਾ ਹੈ। ਇਹਨਾਂ ਦਾ ਰਿਕਾਰਡ MAT 28 EMB ਵਿੱਚ ਰੱਖਿਆ ਜਾਂਦਾ ਹੈ। ਤਾਂ ਦੋਸਤੋ, ਇਹ ਸਾਰੀਆਂ ਡੈਫੀਨੇਸ਼ਨਸ ਇਸ ਚੈਪਟਰ ਦੇ ਵਿੱਚ ਇੰਪੋਰਟੈਂਟ ਸਨ। ਸੈਫਾ ਦੇ ਚੈਪਟਰ ਦੇ ਅਗਲੇ ਹਿੱਸੇ ਵਿੱਚ ਆਪਾਂ ਇਸ ਦੇ ਰਿਲੇਟਿਡ ਕੁਝ ਟੌਪਿਕਸ, ਕੁਝ ਕੁਐਸਚਨ ਡਿਸਕਸ ਕਰਾਂਗੇ। ਮੈਂ ਉਮੀਦ ਕਰਦਾ ਹਾਂ ਕਿ ਇਹ ਸਾਰੀਆਂ ਹੀ ਡੈਫੀਨੇਸ਼ਨਸ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈਆਂ ਹੋਣਗੀਆਂ। ਜੇਕਰ ਤੁਹਾਡੇ ਕੁਝ ਸਵਾਲ ਹਨ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ। ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰੋ। ਧੰਨਵਾਦ।